ਫਗਵਾੜਾ ਦੇ ਮੁਹੱਲਾ ਪਲਾਈਗੇਟ ਦੀ ਗਲੀ ਨੰਬਰ 8 ਦੇ ਵਸਨੀਕ ਰਾਜਕੁਮਾਰ ਅਤੇ ਉਸਦੇ ਪਰਿਵਾਰ ਨੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਉੱਪਰ ਘਰ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਘਰ ਦੀ ਭੰਨਤੋੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਾਰੇ ਮੈਂਬਰ ਰਾਤ ਸਮੇਂ ਘਰ ਵਿੱਚ ਮੌਜੂਦ ਸਨ ਤਾਂ ਇੱਕ ਦਰਜਨ ਦੇ ਕਰੀਬ ਕੁਝ ਨੌਜਵਾਨ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਤੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ਵੱਲੋਂ ਘਰ ਵਿੱਚ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੌਰਾਨ ਉਹਨਾਂ ਨੇ ਜਿੱਥੇ ਮਸਾ ਹੀ ਜਾਨ ਬਚਾਈ ਉੱਥੇ ਹੀ ਉਹਨਾਂ ਹਮਲੇਵਾਰਾਂ ਨੇ ਘਰ ਦੀ ਵੀ ਭੰਨਤੋੜ ਕੀਤੀ। ਉਹਨਾਂ ਦੱਸਿਆ ਕਿ ਉਕਤ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਹਮਲਾਵਾਰਾ ਸਾਫ਼ ਸਾਫ਼ ਦਿਖਾਈ ਦੇ ਰਹੇ ਹਨ। ਉਹਨਾਂ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਧਰ ਇਸ ਵਾਰਦਾਤ ਤੋਂ ਬਾਅਦ ਸਥਾਨਕ ਸਿਟੀ ਪੁਲਿਸ ਦੇ ASI ਜਤਿੰਦਰ ਪਾਲ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਰਾਜਕੁਮਾਰ ਜੀ ਕਿਹੜੇ ਮਹੱਲੇ ਰਹਿਣ ਵਾਲੇ ਆਪਾਂ? ਪਲਾਈ ਗੇਟ ਗਲੀ ਨੰਬਰ 8। ਹਾਂਜੀ ਸਰ, ਕੀ ਮਾਮਲਾ ਕੀ ਹੈ ਜਿਹੜਾ? ਅੱਜ ਤੋਂ ਕੋਈ 5-6 ਦਿਨ ਪਹਿਲਾਂ ਇਹ ਬੰਦੇ ਜਿਹੜੇ ਹਮਲਾ ਕਰਨ ਆਏ ਸੀ ਇਹਨਾਂ ਦੇ ਵਿੱਚੋਂ ਚੋਰ ਫੜਿਆ ਗਿਆ। ਉਹਨੇ ਆਪਣੇ ਛਡਾਉਣ ਦੀ ਖਾਤਰ ਆਪਣੇ ਬੰਦੇ ਹੋਰ ਸੱਦ ਕੇ ਉਹ ਛਡਵਾ ਕੇ ਚੱਲੇ। ਉਸੇ ਮੁੱਖ ਨੂੰ, ਰੰਜਿਸ਼ ਨੂੰ ਮੁੱਖ ਰੱਖਦੇ ਹੋਏ ਮੇਰੇ ਘਰ 'ਤੇ ਹਮਲਾ ਕੀਤਾ, ਮੇਰੇ ਮੁੰਡੇ ਦੇ ਨਾਂ ਲੈ ਕੇ ਅਤੇ ਕਰਿਆਨੇ ਉੱਥੇ ਦੁਕਾਨ ਆਣਨੀ ਸਲੂਨ ਦੀ ਉੱਥੇ। ਅੱਜ ਅਸੀਂ ਆਪਣੇ ਅੰਦਰ ਜਾਨ ਲੁਕੋ ਕੁੰਡੇ ਲਾ ਕੇ ਆਪਣੀ ਜਾਨ ਬਚਾਈ ਹੈ। ਜਿਹੜਾ ਸਲੂਨ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜੀ, 4-5 ਇਹਨਾਂ ਨੇ ਕੀਤਾ? ਇਹਨਾਂ ਨੇ ਕੀਤਾ। ਇਹ ਚੋਰ ਵੀ ਆ ਸਾਡੇ ਮੁਹੱਲੇ ਦੇ ਵਿੱਚ, ਸਮੈਕ ਵੀ ਵਿੱਚ ਪਕਾਉਂਦੇ ਆ ਅਤੇ ਦਾਰੂ ਵੀ ਪਕਾਉਂਦੇ ਆ। ਇਹਨਾਂ ਤੋਂ ਸਾਰਾ ਮੁਹੱਲੇ ਦੇ ਵਿੱਚ ਦਹਿਸ਼ਤ ਪਾਈ ਜਾਂਦੀ ਹੈ। ਇੰਨੀ ਇੱਕ ਛੱਡ ਗੱਲ ਦੀ, ਮੈਨੂੰ ਪਹਿਲਾਂ ਹੀ ਅਟੈਕ ਹੋਇਆ ਜੀ ਅਤੇ ਮੈਂ ਬਿਮਾਰ ਬੰਦਾ ਹਾਂ ਔਰ ਮੈਂ ਅੰਦਰ ਕੁੰਡਾ ਲਾ ਕੇ ਆਪਣੀ ਜਾਨ ਬਚਾਈ ਹੈ। ਅਤੇ ਕਿੰਨੇ ਵਿਅਕਤੀ ਆਏ ਸੀਗੇ? ਇਹ ਘੱਟੋ ਘੱਟ ਨਹੀਂ ਤਾਂ 15-16 ਬੰਦੇ ਸੀਗੇ ਜੀ, ਮੂੰਹ ਬੰਨੇ ਹੋਏ ਸੀਗੇ ਜੀ, ਜਿਹਨਾਂ ਦੇ ਵਿੱਚ 7 ਨੰਬਰ ਗਲੀ 'ਚ ਇੱਕ ਰਹਿੰਦਾ, ਇੱਕ ਸੀਗਾ ਭੱਲਾ ਇਹ ਮੁੰਡਾ ਸੀਗਾ ਅਤੇ ਇਹ ਕਾਫੀ ਇਹਨਾਂ ਨੇ ਦਹਿਸ਼ਤ ਕਾਫੀ ਹੈ ਜੀ। ਆਏ ਕਿੰਨੇ ਕਾਹਤੇ ਸੀਗੇ? ਮੋਟਰਸਾਈਕਲਾਂ 'ਤੇ ਆਏ ਆ, ਇਹਨਾਂ ਦੇ ਹਥਿਆਰ ਬਹੁਤ ਤਿੱਖੇ ਹਥਿਆਰ ਸੀ, ਜਦਕਿ ਮੈਂ ਆਪਣੇ ਅੰਦਰ ਕੁੰਡ ਲਾ ਕੇ ਜਾਣ ਬਚ ਜਾਈ ਹੈ। ਇਹ ਕਿੰਨੇ ਕੁ ਵਜੇ ਹੋਇਆ ਹਮਲਾ? ਇਹ 6:30 ਵਜੇ ਟਾਈਮ ਆ ਜੀ। ਮੈਂ ਉਸ ਵੇਲੇ 100 ਨੰਬਰ 'ਤੇ ਫੋਨ ਕੀਤਾ ਜੀ ਚੰਡੀਗੜ੍ਹ, ਉਹਨਾਂ ਨੇ ਪੁਲਿਸ ਨੂੰ ਭੇਜਿਆ, ਉਹਨਾਂ ਨੇ ਆ ਕੇ ਜਾਨ ਛੁਡਾਈ ਸਾਡੀ, ਬਚਾਈ। ਪੁਲਿਸ ਆਈ ਸੀ? ਸੀਟੀ ਕੈਮਰੇ ਪੁਲਿਸ ਆਈ ਹੈ? ਹਾਂਜੀ ਪੁਲਿਸ ਆਈ ਜੀ, ਉਹ ਬਿਆਨ ਲੈ ਕੇ ਮੇਰੇ ਕੈਮਰਿਆਂ 'ਚ ਆਏ, ਕੈਮਰੇ 'ਚ ਆਏ, ਨਜ਼ਰ ਆ ਰਹੇ ਕੈਮਰੇ? ਬਿਲਕੁਲ ਜੀ, ਕੈਮਰੇ ਸਾਫ਼ ਨਜ਼ਰ, ਮੂੰਹ ਬੰਨੋਏ ਆ ਉਹਨਾਂ ਨੂੰ ਅਤੇ ਕੈਮਰੇ ਵਿੱਚ ਲੱਗ। ਕੀ ਮੰਗ ਰੱਖਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿ ਇਹਨਾਂ ਬੰਦਿਆਂ ਦੇ ਉੱਤੇ ਨਸ ਪਾਈ ਜਾਵੇ। ਸਾਡੇ ਮੁਹੱਲੇ ਦੇ ਵਿੱਚ ਜੋ ਦਹਿਸ਼ਤ ਪਾਈ ਹੋਇਆ ਇਹਨਾਂ ਨੇ, ਉਸ ਨੂੰ ਸਾਡੇ ਮੁਹੱਲੇ ਬੱਚਿਆਂ ਦੇ ਬਾਹਰ ਨਹੀਂ ਨਿਕਲ ਸਕਦੇ, ਇੰਨਾ ਕਿੰਨਾ ਦਹਿਸ਼ਤ ਪਾਈ ਵਾ। ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਪਰਚਾ ਕਰਕੇ ਅੰਦਰ ਸਿੱਟੇ ਜਾਣ। ਕੋਈ ਨਾਮ ਵਗੈਰਾ ਹੈ ਵਿਅਕਤੀਆਂ ਦੇ? ਬਾਕੀਆਂ ਦੇ ਇਹ ਅਸੀਂ 22 ਨੇਮ ਵੀ ਪਰਚਾ ਦਿੱਤੇ। ਨਹੀਂ, ਨਾਮ ਹੈ ਜਿਹਨਾਂ ਨੇ ਹਮਲਾ ਕੀਤਾ ਤੁਹਾਡੇ 'ਤੇ ਆ ਗਏ, ਕੋਈ ਨਾਮ ਨੂਮ ਹੈ? ਡੱਬੂ ਕਹਿੰਦੇ ਇੱਕ ਨੂੰ ਜੀ, ਅਤੇ ਇੱਕ ਨੂੰ ਜੈਲੇ ਦਾ ਮੁੰਡਾ ਜੀ। ਇਹ ਮੈਂ ਇਹਨਾਂ ਨਾਲ ਨਹੀਂ ਜਾਣਦਾ, ਸਾਹਮਣੇ ਆਉਣ 'ਤੇ ਪਛਾਣ ਸਕਦਾ, ਇਹ ਬੰਦੇ ਇਹੀ ਆ। ਮੇਰਾ ਨਾਮ ਬਿੱਲਾ ਜੀ। ਹਾਂਜੀ ਬਿੱਲਾ, ਬਿੱਲਾ। ਹਾਂਜੀ ਬਿੱਲਾ ਜੀ, ਕਿੱਥੇ ਰਹਿਣ ਵਾਲੇ ਆਪਾਂ? ਅਸੀਂ ਪਲਾਈ ਗੇਟ ਮਹੱਲੇ ਦੇ ਜੀ, ਗਲੀ ਨੰਬਰ 4। ਸਰ ਕੀ ਮਾਮਲਾ ਕੀ ਹੈ ਜਿਹੜਾ? ਮਾਮਲਾ ਤਾਂ ਕੋਈ ਨਹੀਂ ਸੀਗਾ ਜੀ, ਇੱਥੇ ਉਸ ਆਏ ਆ ਸਾਡੇ ਅੰਦਰ ਵੜ ਗਏ ਆ ਅਤੇ ਮੈਂ ਉਹਨੂੰ ਪੁੱਛਿਆ ਕੀ ਗੱਲ ਆ ਜੀ, 8-10 ਜਣੇ ਇਕੱਠੇ ਹੋ ਅਤੇ ਦਾਤ ਉਹਨਾਂ ਕੋਲ ਫੜੇ ਹੋ ਸਕੇ? ਕੋਈ ਪਹਿਚਾਣ ਵਗੈਰਾ ਹੈ? ਹਾਂਜੀ ਪਹਿਚਾਣ, ਇੱਕ ਦੋ ਬੰਦੇ ਦੀ, ਇੱਕ ਪੰਡ ਦਾ ਭੁੱਲ ਰਹੀ ਦਾ ਅਤੇ ਇੱਕ ਮੁੰਡਾ ਡੱਬੂ ਆ ਜੀ। ਉਹ ਕਿੱਥੇ ਦਾ ਰਹਿਣ ਵਾਲਾ? ਡੱਡਾ ਮਹੱਲੇ ਦਾ ਰਹਿਣ ਵਾਲਾ ਜੀ। ਅੱਛਾ ਜੀ, ਲੜਾਈ ਦਾ ਕਾਰਨ ਕੀ? ਸਾਮਾਨ ਲੱਗੇ ਸੀ। ਹਾਂਜੀ ਕੱਲ ਹੀ ਮੰਗੀ ਲੜਾਈ? ਪਤਾ ਨਹੀਂ, ਸਾਡੀ ਤਾਂ ਗੱਲਬਾਤ ਨਹੀਂ, ਮੈਂ ਤਾਂ ਆਪਣੇ ਘਰ ਖੜਾ ਸੀਗਾ। ਅੱਛਾ ਜੀ। ਹਾਂਜੀ, ਆਣ ਕੇ ਸਾਡੇ ਤੋਂ ਕਮਰੇ 'ਚ ਵੜ ਕੇ ਮੈਂ ਪੁੱਛਿਆ, ਮੈਂ ਕਿਹਾ ਕੀ ਗੱਲ ਆਈ ਆ ਜੀ? ਉਹ ਪੈਦਲ ਸੀਗੇ ਜੀ, 8-10 ਜਣੇ ਸੀਗੇ ਉਹ। ਕੀ ਹਥਿਆਰ ਵਗੈਰਾ ਹੈ ਜੀ? ਉਹਨਾਂ ਕੋਲ ਗੜਾਸੇ ਸੀਗੇ ਜਿਹਨਾਂ ਨੂੰ ਪੱਠੇ ਕੁੱਥੇ ਦਾਤ ਲੱਗੇ ਹੁੰਦੇ ਆ ਜੀ। ਅੱਛਾ ਜੀ। ਹਾਂਜੀ
ਤੇ ਇਧਰ ਨੂੰ ਤੁਹਾਡੇ ਵੱਲ ਨੂੰ ਆ ਗਏ? ਹਾਂਜੀ ਹਾਂਜੀ, ਮੈਂ ਉੱਥੇ ਖੜਾ, ਮੈਂ ਪੁੱਛਿਆ ਕੀ ਗੱਲ ਹੋਈ ਆ, ਮੇਰੇ ਲੱਗਾ ਗੜਾਸਾ ਲਗਾਈ ਮਾਰ। ਤੇ ਪੁਲਿਸ ਕੰਪਲੇਂਟ ਕੀਤੀ? ਨਹੀਂ, ਪੁਲਿਸ ਕੰਪਲੇਂਟ ਉੱਥੇ ਪਾਲੀ ਗੜੀ 'ਚ ਕੀਤੀ ਉਹਨਾਂ ਨੇ ਜੀ, ਪੁਲਿਸ ਇੱਧਰ ਤਾਂ ਆਈ ਨਹੀਂ ਹੈਗੀ, ਮੈਂ ਨਹੀਂ ਕੀਤੀ, ਉਹ ਕਹਿੰਦੇ ਅਸੀਂ ਉੱਧਰ ਕੀਤੀ ਹੋਈ। ਅੱਛਾ ਜੀ, ਆਪਣਾ ਹਾਂਜੀ, ਕਿੱਥੇ ਦੇ ਰਹਿਣ ਵਾਲੇ ਆਂਟੀ? ਪਲਾਈ ਗੇਟ ਦੇ। ਹਾਂ, ਕੀ ਮਾਮਲਾ ਕੀ ਆ ਜਿਹੜਾ ਤੁਸੀਂ ਅੱਜ? ਹਾਂਜੀ, ਮੇਰੇ ਬੱਚੇ ਸੀ ਜਿਨ੍ਹਾਂ 'ਤੇ ਹਮਲਾ ਕਰਨ ਆਏ, ਤਾਂ ਅਸੀਂ ਖੁੰਡੇ ਲਾ ਕੇ ਬਚੇ। ਕੌਣ ਵਿਅਕਤੀ ਸੀਗੇ? ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਕੈਮਰੇ ਦਾ ਪਤਾ ਨਹੀਂ, ਉਹਨਾਂ ਨੂੰ ਪਤਾ ਹੋਊਗਾ। ਨਹੀਂ, ਤੁਸੀਂ ਦੇਖੇ ਕੈਮਰੇ 'ਚ? ਕੈਮਰੇ ਕੀਤੇ ਦੇਖੇ ਅਸੀਂ ਕੈਮਰੇ 'ਚ, ਤਾਂ ਇੱਥੇ ਵੀ ਦੇਖੇ ਆ ਤਾਕੀ ਥਾਣੀ। ਕਿੰਨੇ ਕੁ ਵਿਅਕਤੀ ਦੀ? 10-12 ਜਣੇ ਸੀਗੇ। ਮੂੰਹ ਵਗੈਰਾ ਲਪੇਟੇ ਹੋਏ ਸੀ ਜਾਂ? ਮੂੰਹ ਲਪੇਟੇ, 3 ਜਣਿਆਂ ਨਹੀਂ ਸੀ ਲਪੇਟੇ। ਅੱਛਾ, ਇਹਨਾਂ ਦੇ ਅੰਦਰ ਆਉਣ ਲੱਗੇ ਸੀ, ਇਹ ਕਹਿੰਦੇ ਇੱਟ ਮਾਰਨੀ ਆ, ਤਾਂ ਕਹਿੰਦੇ ਮਾਤਾ ਮਾਰਿਓ ਨਾ ਬੋਲ। ਮਨਜੀਤ ਕੌਰ। ਹਾਂਜੀ, ਕਿੱਥੇ ਦੇ ਰਹਿਣ ਵਾਲੇ? ਇੱਥੇ ਪਲਾਈ ਗੇਟ ਦੇ 8 ਨੰਬਰ। ਕੀ ਮਾਮਲਾ ਕੀ ਹੈ ਜਿਹੜਾ? ਪਤਾ ਨਹੀਂ, ਪਹਿਲਾਂ ਉਹ ਸਿੱਧੇ ਲੰਘ ਗਏ ਮੁੰਡੇ, ਅੱਗੋਂ ਫਿਰ ਆਏ ਕਹਿੰਦੇ ਪਾਟੇ ਦਾ ਘਰ ਕਿਹੜਾ, ਦਾਤ ਮਾਰਨ ਲੱਗ ਗਏ ਜ਼ੋਰ ਜ਼ੋਰ ਦੀ, ਉਹਨਾਂ ਨੇ ਪੀੜੇ ਪੰਨੇ ਨਾਲ ਮੂੰਹ ਲਪੇਟੇ ਤਾਂ ਉਹਨੂੰ। ਮੈਂ ਕਿਹਾ ਤੁਸੀਂ ਦਰਜੇ ਨਾ ਭੰਨੋ, ਉੱਤੋਂ ਇੱਟ ਚੱਕ ਲਈਆਂ ਦੋ। ਮੈਂ ਕਿਹਾ ਉੱਤੋਂ ਤੁਹਾਡੇ ਇੱਟ ਮਾਰਨੀ ਆ, ਕਹਿੰਦੇ ਜੇ ਤੁਸੀਂ ਇੱਟ ਮਾਰੀ ਤਾਂ ਅਸੀਂ ਦਰਜਾ ਤੋੜ ਕੇ ਉੱਪਰ ਆ ਜਾਣਾ। ਕਿੰਨੇ ਵਿਅਕਤੀ ਸੀਗੇ? ਹੈਗੇ 10-12 ਜਣੇ। ਤੂੰ ਕੋਈ ਪਹਿਚਾਣ ਚ ਆਏ ਬੰਦੇ? ਹਾਂਜੀ, ਨਹੀਂ, ਉਹਨਾਂ ਨੇ ਮੂੰਹ ਲਪੇਟੇ ਪੀੜੇ ਪੰਨੇ ਨਾਲ। ਕਿੰਨੇ ਕੁ ਵਜੇ ਹਾਸਾ ਹੋਇਆ? ਗਲੀ ਦੇ ਵਿਚ ਕੋਈ 8-10 ਬੰਦੇ ਜਿਹੜੇ ਆ ਹਥਿਆਰ ਲੈ ਕੇ ਘੁੰਮ ਰਹੇ ਆ, ਕਿਸੇ ਤੇ ਹਮਲਾ ਵੀ ਕਰ ਸਕਦੇ। ਜਿੱਥੇ ਅਸੀਂ ਦੌੜ ਕੇ ਆਏ ਆ, ਮਿੰਟੋ ਮਿੰਟੀ ਆਏ ਆ, ਤਾਂ ਇਹਨਾਂ ਦੇ ਘਰ ਆਣ ਕੇ ਆਪਾਂ ਇਹਨਾਂ ਦਾ ਬਿਆਨ ਹਾਸਲ ਕੀਤਾ ਆ ਵੀ ਇਹਨਾਂ ਦੇ ਘਰ ਹਮਲਾ ਕੀਤਾ ਆ। ਉਹਦੇ ਸੰਬੰਧੀ ਹੁਣ ਜੋ ਵੀ ਬਣਦੀ ਕਾਰਵਾਈ ਅਸੀਂ ਜਾ ਕੇ ਤਾਂ ਕਾਨੂੰਨੀ ਕਾਰਵਾਈ ਕਰ ਦਿੰਦੇ। ਕੋਈ ਸਰ CCTV ਕੈਮਰੇ 'ਚ ਆਏ ਹੁਣ? ਹਾਂਜੀ, ਜਿਹੜੇ ਲੈ ਲਈਆਂ ਫੋਟੋ 'ਚ ਆਪਾਂ, ਜਿਹੜੇ ਜਿਹੜੇ ਬੰਦੇ ਦੀ ਆ ਰਹੇ ਸੀ। ਕੋਈ ਪਹਿਚਾਣ ਵਗੈਰਾ ਹੋਈ? ਪਹਿਚਾਣ ਹੋਈ ਆ, ਉਹਨਾਂ ਨੇ 2 ਬੰਦੇ 4 ਬੰਦੇ ਦੇ ਨਾਂ ਵੀ ਲਿਖਾਏ, ਬਾਈ ਨੇ ਪਰਚਾ ਦੇਵਾਂਗੇ।